ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਅਤੇ ਅੱਜ ਆਪਾਂ ਚਿੜੀਆਂ ਲਈ ਘੋਂਸਲੇ ਲਗਾਵਾਂਗੇ। ਤੂੰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਮੇਰੇ ਕੋਲ ਦੋ ਘੋਂਸਲੇ ਹੈਗੇ ਆ, ਮੈਂ ਬਾਹਰੋਂ ਪਰਚੇਸ ਕੀਤੇ ਸੀਗੇ। ਇਹ ਲੱਕੜ ਦੇ ਬਣੇ ਹੋਏ ਨੇ ਜੀ, ਅਤੇ ਡਰਿੱਲ ਮਸ਼ੀਨ ਲੈ ਲਈ ਆਪਾਂ। ਪਹਿਲਾਂ ਆਪਾਂ ਹੋਲ ਕਰਾਂਗੇ, ਹੋਲ ਕਰਨ ਤੋਂ ਬਾਅਦ ਆਪਾਂ ਫਿਰ ਇਹਨਾਂ ਨੂੰ ਟੰਗਾਂਗੇ। ਬਣੇ ਰਹੋ ਮੇਰੇ ਨਾਲ ਅਤੇ ਦੇਖੀ ਚਲੋ ਕੀ ਕਰਦੇ ਹਾਂ ਅੱਜ। ਦੇਖੋ ਜਿਹੜੀ ਕੁਦਰਤ ਨੇ ਜੀ, ਕੁਦਰਤ ਨੂੰ ਬਚਾਉਣਾ ਆਪਣਾ ਕੰਮ ਹੈ। ਹੁਣ ਆਪਾਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਛੱਤਾਂ ਦੇ ਹੇਠ ਗਰਮੀਆਂ ਵਿੱਚ ਬਹਿੰਦੇ ਹਾਂ, ਐਵੇਂ ਹੀ ਆਪਾਂ ਨੂੰ ਚਾਹੀਦਾ ਇਹ ਆਪਣੀ ਡਿਊਟੀ ਬਣ ਗਈ ਵੀ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਜਿੱਥੇ ਜਿੰਨਾ ਕੁ ਸਾਥ ਹੋ ਸਕਦਾ ਉਨਾ ਕੁ ਆਪਾਂ ਕਰੀਏ, ਤਾਂ ਕਿ ਜਿਹੜੇ ਪੰਛੀ ਨੇ, ਜੀਵ ਜੰਤੂ ਨੇ, ਹੈ ਨਾ, ਇਹਨਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ। ਸੋ ਇਹ ਤਾਂ ਮੇਰੇ ਵੱਲੋਂ ਛੋਟਾ ਜਿਹਾ ਉਪਰਾਲਾ ਕਿ ਚਲੋ ਵਾਹਿਗੁਰੂ ਪਰਮਾਤਮਾ ਆਪ ਕਰਵਾਉਂਦਾ ਆਪਣੇ ਬੱਚਿਆਂ ਕੋਲੋਂ। ਬਸ ਇੰਨੇ ਕਿਸੇ ਦੇ ਵਿੱਚ ਆਪਣੀ ਮੱਤ ਨਹੀਂ, ਗੁਰੂ ਦੀ ਮੱਤ ਦੇ ਅਨੁਸਾਰ ਬੰਦਾ ਚੱਲਦਾ, ਬਿਨਾਂ ਗੁਰੂ ਦੀ ਮੱਤ ਦੇ ਬੰਦਾ ਕੋਈ ਵੀ ਨਹੀਂ ਚੱਲ ਸਕਦਾ ਜੀ। ਸੋ ਦੇਖੋ ਜੀ, ਆਪਾਂ ਹੁਣ ਡਰਿੱਲ ਕਰ ਲਈ ਆ, ਅਤੇ ਡਰਿੱਲ ਕਰਨ ਤੋਂ ਬਾਅਦ ਹੀ ਆਪਾਂ ਹੁਣ ਇਹਨੂੰ ਟੰਗ ਦੇਣਾ ਜੀ। ਘਰ ਨੂੰ ਚੰਗੀ ਤਰ੍ਹਾਂ ਅੰਦਰੋਂ ਨੱਟ ਪਾ ਕੇ ਅਤੇ ਉਹਨੂੰ ਚੰਗੀ ਤਰ੍ਹਾਂ ਕਸ ਦੇਣਾ, ਤਾਂ ਕਿ ਇਨ ਕੇਸ ਜੇ ਕੱਲ੍ਹ ਹਵਾ ਆਵੇ ਜਾਂ ਤੇਜ਼ ਬਾਰਿਸ਼ ਆਵੇ, ਝੱਖੜ ਆਵੇ, ਤਾਂ ਘਰ ਨੂੰ ਕੋਈ ਦਿੱਕਤ ਨਾ ਆਵੇ, ਘਰ ਹਿੱਲੇ ਡੁੱਲੇ ਨਾ। ਇਹਨੂੰ ਚੰਗੀ ਤਰ੍ਹਾਂ ਕਸ ਦੇਣਾ ਤਾਂ ਕਿ ਪੰਛੀਆਂ ਨੂੰ ਕੋਈ ਦਿੱਕਤ ਨਾ ਆਵੇ, ਜੇ ਵਿੱਚ ਕੋਈ ਪੰਛੀ ਬਹਿੰਦਾ ਹੀ ਆ ਕੇ ਰਹਿੰਦਾ, ਕੱਲ੍ਹ ਉਹਨੂੰ ਕੋਈ ਦਿੱਕਤ ਨਾ ਆਵੇ। ਦੇਖ ਸਕਦੇ ਹੋ ਪੂਰੀ ਚੰਗੀ ਤਰ੍ਹਾਂ ਟਾਈਟ ਐਨ ਹੋ ਗਿਆ, ਐਨ ਸਟਿੱਲ ਹੈ ਜੀ, ਕੋਈ ਹਿੱਲ ਡੁੱਲ ਨਹੀਂ ਹੈ। ਇਸੇ ਤਰ੍ਹਾਂ ਕਸ ਦੇਣਾ ਐਨ ਚੰਗੀ ਤਰ੍ਹਾਂ। ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਮੈਂ ਇੱਕ ਦੂਸਰਾ ਹੋਰ ਜਿਹੜਾ ਸੀਗਾ, ਦੂਸਰਾ ਘਰ ਸੀਗਾ ਮੇਰੇ ਕੋਲ, ਅਤੇ ਮੈਂ ਦੂਸਰੇ ਮਮਟੀ ਦੇ ਦੂਸਰੀ ਸਾਈਡ 'ਤੇ ਕੰਮ ਕਰ, ਥੋੜ੍ਹੇ ਡਿਫਰੈਂਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਡਰਿੱਲ ਕਰਕੇ। ਦੋਸਤੋ ਇਹ ਮੇਰੀ ਰੂਫ ਹੈ, ਇੱਥੇ ਮੈਂ ਥੋੜ੍ਹਾ ਬਹੁਤਾ ਜਿੰਨਾ ਵੀ ਮੇਰੇ ਤੋਂ ਸਕਦਾ ਕਬੂਤਰਾਂ ਚਿੜੀਆਂ ਲਈ ਦਾਣਾ ਅਤੇ ਉਹਨਾਂ ਲਈ ਪਾਣੀ ਮੈਂ ਇੱਥੇ ਰੱਖ ਦਿੰਦਾ ਜੀ। ਚਲੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ, ਮੇਰਾ ਕੰਟੈਂਟ ਤੁਹਾਨੂੰ ਵਧੀਆ ਲੱਗਾ, ਤਾਂ ਮੇਰੀ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ, ਠੀਕ ਹੈ ਜੀ। ਬਾਕੀ ਨੇਚਰ ਨੂੰ ਬਚਾਉਣਾ ਸਾਡਾ ਫਰਜ਼ ਹੈ ਜੀ, ਇਹਦੇ ਵਿੱਚ ਕੋਈ ਪਬਲਿਕ ਸਟੰਟ ਨਹੀਂ ਹੈਗਾ ਜੀ। ਕਿ ਕੋਈ ਕਹੀ ਐਂ ਹੋਣਾ ਚਾਹੁੰਦਾ ਜੀ ਬੰਦਾ, ਐਂ ਇਹ ਨੋਰਮਲ ਆਪਣੇ ਘਰ ਦੇ ਰੂਟੀਨ ਨੇ ਜੀ, ਹੈ ਨਾ ਜੀ। ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇ ਕਿਸੇ ਨੂੰ ਕੋਈ ਇਨਕੁਆਇਰੀ ਹੈ ਜਾਂ ਕੋਈ ਕੁਸਚਨ ਪੁੱਛਣਾ ਚਾਹੁੰਦਾ, ਮੈਨੂੰ ਕਮੈਂਟ ਬੋਕਸ ਵਿੱਚ ਪੁੱਛ ਸਕਦੇ ਜੀ।